ਹਾਂਜੀ, ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਅਰੀ ਫਾਰਮ ਕਲਾਲਾ ਦੇ ਵਿੱਚ। ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ, ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਸੋ ਕਿਸਾਨ ਵੀਰੋ, ਅੱਜ ਆਪਾਂ ਚਾਰ ਝੋਟੀਆਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ। ਇੱਕ ਤਾਜ਼ੀ ਸੂਈ ਵੀ ਇਹਨਾਂ 'ਚ ਇੱਕ ਨੰਬਰ 'ਤੇ, ਅਤੇ ਦੋ ਨੰਬਰ 'ਤੇ ਇੱਕ ਅੱਧੇ ਦਿਨ 'ਚ ਇਹ ਸੁਬਾਹ ਸ਼ਾਮ ਤੱਕ ਸੂਣ ਵਾਲੀ ਆ। ਦੂਜਾ ਸੂਆ ਸੂ ਰਹੀ ਹੈ ਇਹ, ਇੱਕ ਨੰਬਰ 'ਤੇ ਤੀਜਾ ਸੂਆ ਸੂਈ ਹੋਈ ਆ, ਅੱਗੇ ਦੂਜਾ ਸੂਆ ਝੋਟੀ ਸੂ ਰਹੀ ਆ ਮੋਹਰਾ 'ਚ ਪਿਓਰ ਜੈੱਡ ਬਲੈਕ। ਅੱਗੇ ਲਾਸਟ 'ਤੇ ਚਾਰ ਨੰਬਰ ਤੁਹਾਨੂੰ ਨਗੀਨਾ ਹੀ ਦਿਖਾਉਣਾ ਇਹ। ਪੰਦਰਾਂ ਤੋਂ ਪਲੱਸ ਝੋਟੀ ਦਾ ਦੁੱਧ ਪਾਇਆ ਹੋਇਆ ਗਾ ਪਹਿਲਾਂ, ਐਤਕੀ 16-17 ਕਿਲੋ ਦੀ ਆਪਾਂ ਉਮੀਦ ਕਰਦੇ ਹਾਂ। ਚੱਲ ਮੈਂ ਵੱਡਾ ਕੱਦ ਕਰ, ਪੂਰੇ ਹੈਵੀ ਬੋਡੀ ਸਟ੍ਰਕਚਰ ਦੀ ਝੋਟੀ ਆ ਇਹ। ਆਹ ਰਿੰਗ ਸਿੰਗ ਆ, ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ ਪੂਰਾ ਰਿੰਗ ਸਿੰਗ ਆ। ਕਿਸਾਨ ਵੀਰੋ, ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ, ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਦੇਵਾਂਗੇ ਤੁਹਾਨੂੰ ਆਪਾਂ। ਆ ਪਹਿਲੇ ਨੰਬਰ 'ਤੇ ਜਿਹੜੀ ਸੂਈ ਹੋਈ ਝੋਟੀ ਆ, ਕੱਲ੍ਹ ਇਹਦੀ ਡਿਲੀਵਰੀ ਹੋਈ ਆ, ਜੇਰ ਵਗੈਰਾ ਇਹਦੀ ਪੈ ਚੁੱਕੀ ਆ, ਜੇਰ ਦੀ ਆਪਣੀ ਗਰੰਟੀ ਆ, ਆਪਣੇ ਘਰ ਪਈ ਆ। ਕਿਸਾਨ ਵੀਰੋ, ਮਗਰ ਇਹਦੇ ਕੱਟੀ ਆ, ਬਹੁਤ ਸੋਹਣੀ ਕੱਟੀ ਆ, ਦੇਖ ਸਕਦੇ ਤੁਸੀਂ 2.5 ਫੁੱਟ ਤੋਂ ਉੱਪਰ ਦੀ ਖੁਰਲੀ ਆ, ਦੇਖ ਸਕਦੇ ਤੁਸੀਂ ਖੁਰਲੀ ਤੋਂ ਉੱਪਰ ਉੱਚੀ ਆ ਇਹ, ਕੱਲ੍ਹ ਇਹਦਾ ਜਨਮ ਹੋਇਆ ਗਾ। ਆ ਦੇਖ ਸਕਦੇ ਹੋ ਫੇਸ ਕੁਆਲਿਟੀ, ਰਿੰਗ ਸਿੰਗ ਆ, ਤੀਜਾ ਸੂਆ ਸੂਈ ਆ ਝੋਟੀ ਨੇ, ਪਹਿਲੇ ਸੂਏ ਦੂਜੇ ਸੂਏ 15 ਕਿਲੋ ਤੋਂ ਦੇਣੇ ਵੀ ਪਾਇਆ ਹੋਇਆ ਗਾ। ਮਾਲਕਾਂ ਦੇ ਕਹਿਣ ਮੁਤਾਬਕ ਚੰਗੀ ਸੇਵਾ ਹੋ ਗਈ, ਵਧੀਆ ਦੁੱਧ ਪਾ ਦੂਗੀ ਐਤਕੀ। ਤੂਰਾ ਵਗੈਰਾ ਦੇ ਸਕਦੇ ਹੋ ਮੈਂ ਇਹਦਾ ਜੀ, ਪੂਰੇ ਭਾਰੇ ਪੁੜੇ ਦੀ ਆ, ਹਵਾਨਾ ਚੈੱਕ ਕਰ ਸਕਦੇ ਹੋ ਤੁਸੀਂ, ਘੁਮਾਲਾ ਪੁੱਤ ਤੈਨੂੰ। ਮਗਰ ਕੱਟੀ ਆ, ਤੀਜਾ ਸੂਆ ਸੂਈ ਆ, ਕੱਲ੍ਹ ਡਿਲੀਵਰੀ ਹੋਈ ਹੈ ਜੀ। ਬੰਨ ਦੇ ਪੁੱਤ ਬੰਨ। ਅੱਗੇ ਆ ਦੂਜਾ ਸੂਆ ਝੋਟੀ ਸੂ ਰਹੀ ਆ, ਦੇਖ ਸਕਦੇ ਹੋ ਫੇਸ ਕੁਆਲਿਟੀ, ਰਿੰਗ ਸਿੰਗ ਹੈ ਇਹਦਾ ਵੀ, ਥਣ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਇਹਨੇ, ਦੇਖ ਸਕਦੇ ਤੁਸੀਂ। ਆ ਬੈਕ ਤੋਂ ਗਾਂ ਵਾਂਗੂ ਚੌੜਾ ਅਤੇ ਠੋਸ ਹਵਾਨਾ, ਕੱਲ੍ਹ ਸੁਬਹਾ ਤੱਕ ਜਾਂ ਸ਼ਾਮ ਤੱਕ ਇਹਦੀ ਡਿਲੀਵਰੀ ਹੋ ਜਾਣੀ ਆ, ਦੇਣੇ ਦੇ ਪੂਰੇ ਆ, ਦੇਖ ਸਕਦੇ ਹੋ ਤੁਸੀਂ। ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਨੇ, ਤੋਰਾ ਦੇ ਸਕਦੇ ਹੋ ਤੁਸੀਂ ਝੋਟੀ ਦਾ ਜੀ, ਹਵਾਨਾ ਬਾ ਕਮਾਲ ਤਿਆਰ ਕੀਤਾ ਹੋਇਆ, ਦੇਖ ਸਕਦੇ ਤੁਸੀਂ ਗਾਂ ਵਾਂਗੂ ਅੱਗੇ ਪਿੱਛੇ ਦਾ ਹਵਾਨਾ ਪੂਰਾ, ਘੁਮਾਲਾ ਬੁੱਤ। ਰਿੰਗ ਸਿੰਗ ਆ, ਫੇਸ ਕੁਆਲਿਟੀ ਦੇਖ ਸਕਦੇ ਹੋ, ਪੂਰੇ ਹੈਵੀ ਬੋਡੀ ਵੇਟ ਦੇ ਆ ਜੀ। ਦੋ ਨੰਬਰ 'ਤੇ ਆ ਗਈ ਦੋਸਤੋ ਇਹ, ਰੇਟ ਇਹਨਾਂ ਦਾ ਫੋਨ 'ਤੇ ਕੀਤਾ ਜਾਊਗਾ, ਭਾਅ ਆਪਣੇ ਜਾਇਜ਼ ਹੋਣਗੇ, ਦੇਖ ਸਕਦੇ ਤੁਸੀਂ। ਅੱਗੇ 3 ਨੰਬਰ 'ਤੇ ਕਿਸਾਨ ਵੀਰੋ ਝੋਟੀ ਆ ਗਈ ਇਹ, ਦੂਜਾ ਸੂਆ ਇਹ ਵੀ ਸੂਰੀ ਆ, ਰਿੰਗ ਸਿੰਗ ਆ ਪੂਰਾ, ਫੇਸ ਕੁਆਲਿਟੀ ਦੇਖ ਸਕਦੇ ਤੁਸੀਂ, ਬਹੁਤ ਸੋਹਣੀ ਆ, ਖਾਣ ਖੁਣ ਬਹੁਤ ਚੰਗਾ ਲੱਗਿਆ ਵਾ ਇਹਦੇ। 12 ਕਿਲੋ ਦੁੱਧ ਨੇ ਪਹਿਲਾਂ ਪਾਇਆ ਹੋਇਆ ਗਾ, ਮਤਲਬ ਕਿ ਚੰਗੀ ਨਾ 12 ਪਲੱਸ ਪਾ ਜੂਗੀ ਇਹ, ਦੇਣੇ ਦੇ ਰਹਿੰਦੇ ਸੂਣ 'ਚ, ਵਾਨੇ 'ਚ ਬਹੁਤ ਢਿੱਲਾਂ ਪਈਆਂ ਨੇ ਸੂਣ ਨੂੰ, ਦੇਣੇ ਹਜੇ 5 ਤੋਂ 6 ਦਿਨ ਲੈ ਜੂਗੀ। 2 ਨੰਬਰ ਨੇ 14 ਕਿਲੋ ਦੁੱਧ ਪਾਇਆ ਹੋਇਆ ਕਿਸਾਨ ਵੀਰੋ। ਅੱਗੇ 4 ਨੰਬਰ 'ਤੇ ਤੁਹਾਨੂੰ ਮੈਂ ਦੱਸਿਆ ਪਹਿਲਾਂ ਹੀ ਟੋਪ ਦਾ ਨਗੀਨਾ ਮੋਹਰਾ ਦਾ ਇਹ,
ਪੂਰਾ ਉੱਚਾ ਲੰਮਾ ਵੱਡਾ ਕਦਕਾਠ ਆ, 15+ ਇਹਨੇ ਦੁੱਧ ਪਾਇਆ ਹੋਇਆ ਗਾ। ਅਸ ਫੇਸ ਕੁਆਲਿਟੀ ਇੱਕ ਵਾਰ ਤੋਂ ਫਿਰ ਚੈੱਕ ਕਰਾ ਦਿੰਦੇ ਹਾਂ। ਹਵਾਨੇ 'ਚ ਢਿੱਲਾਂ ਬਹੁਤ ਪਈਆਂ, ਇਹ ਸੂ ਨੂੰ 6-7 ਦਿਨ ਲੈ ਜੂ ਇਹ। ਬਹੁਤ ਸੋਹਣਾ ਥਣ ਲੱਗਿਆ ਵਾ ਮੁੱਠੀ ਵਾਲਾ, ਚਾਰੇ ਥਣ ਇੱਕੋ ਜਿਹੇ ਆ। ਅੱਗੇ ਪਿੱਛੇ ਦਾ ਹਵਾਨਾ ਦੇਖ ਸਕਦੇ ਹੋ ਤੁਸੀਂ। ਜਿਹੜੇ ਮੇਰੇ ਕਿਸਾਨ ਵੀਰਾਂ ਨੂੰ ਚਾਰਾਂ ਨਗਾਂ 'ਚੋਂ ਕੋਈ ਵੀ ਨਗ ਪਸੰਦ ਹੋਇਆ, ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਬਣਾ ਲਿਓ। ਪਿੰਡ ਕਲਾਲਾ, ਜ਼ਿਲ੍ਹਾ ਬਰਨਾਲਾ, ਸਿੱਧੂ ਡੇਅਰੀ ਫਾਰਮ ਕਲਾਲਾ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਧੰਨਵਾਦ ਜੀ।